ਪਟਾਕਿਆਂ ਦੀ ਗੈਰ ਕਾਨੂੰਨੀ ਸਟੋਰੇਜ ਕਾਰਨ ਕਈ ਘਟਨਾਵਾਂ ਵਾਪਰ ਜਾਂਦੀਆਂ ਨੇ ਤੇ ਇਹੋ ਜੀਆਂ ਘਟਨਾਵਾਂ ਪਿਛਲੇ ਕੁਝ ਸਮੇਂ ਵਿੱਚ ਹੋ ਵੀ ਚੁੱਕੀਆਂ ਨੇ ਜਿਸ ਕਾਰਨ ਜਾਨ ਮਾਲ ਦਾ ਨੁਕਸਾਨ ਵੀ ਹੋਇਆ ਪ੍ਰਸ਼ਾਸਨ ਨੇ ਪਟਾਕਿਆਂ ਦੀ ਵੱਧ ਸਟੋਰੇਜ ਤੇ ਰੋਕ ਵੀ ਲਗਾਈ ਹੋਈ ਹੈ ਪਰ ਕੁਝ ਦੁਕਾਨਦਾਰ ਹਾਲੇ ਵੀ ਇਹਨਾਂ ਗੱਲਾਂ ਨੂੰ ਨਾ ਸਮਝ ਕੇ ਕਾਨੂੰਨ ਦੀ ਉਲੰਘਣਾ ਕਰਦੇ ਨੇ ਹਾਲ ਹੀ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਬਰਨਾਲਾ ਤੋਂ ਜਿੱਥੇ ਹਾਲ ਹੀ ਦੇ ਵਿੱਚ ਪੁਲਿਸ ਨੇ ਛਾਪੇਮਾਰੀ ਕਰ ਦੋ ਦੁਕਾਨਦਾਰਾਂ ਦੇ ਗੋਦਾਮਾਂ ਵਿੱਚੋਂ 610 ਵੱਡੇ ਡੱਬੇ ਪਟਾਕੇ ਬਰਾਮਦ ਕੀਤੇ ਨੇ ਮਾਮਲਾ ਬਰਨਾਲਾ ਦੇ ਫਰਵਾਹੀ ਰੋਡ ਦਾ ਹੈ ਜਿੱਥੇ ਪੁਲਿਸ ਨੇ ਛਾਪੇਮਾਰੀ ਦੇ ਦੌਰਾਨ ਪਟਾਕੇ ਬਰਾਮਦ ਕਰ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 4 ਟਰੱਕ ਪਟਾਕਿਆਂ ਦਾ ਇੱਕ ਜਗ੍ਹਾ ਸਟੋਰ ਕੀਤਾ ਮਿਲਣਾ ਬੜੀ ਹੀ ਖਤਰਨਾਕ ਗੱਲ ਹੈ ਇੰਨੀ ਵੱਡੀ ਮਾਤਰਾ 'ਚ ਪਟਾਕੇ ਇੱਕ ਜਗ੍ਹਾ ਸਟੋਰ ਕਰਨ ਨਾਲ ਕੋਈ ਵੀ ਘਟਨਾ ਵਾਪਰ ਸਕਦੀ ਸੀ ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਆਰੋਪੀਆਂ ਦੇ ਖਿਲਾਫ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ ਮੌਕੇ ਤੇ ਬਰਨਾਲਾ ਦੇ DSP ਲਖਵੀਰ ਸਿੰਘ ਟਿਵਾਣਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਸਮੇਂ ਪਹਿਲਾਂ ਅੰਮ੍ਰਿਤਸਰ ਅਤੇ ਹੋਰ ਇਲਾਕਿਆਂ 'ਚ ਪਟਾਕਿਆਂ ਦੀ ਗੈਰ ਕਾਨੂੰਨੀ ਸਟੋਰੇਜ ਕਾਰਨ ਕਈ ਘਟਨਾਵਾਂ ਹੋ ਚੁੱਕੀਆਂ ਨੇ ਜਿਸ ਵਿੱਚ ਕਈ ਕੀਮਤੀ ਜਾਨਾਂ ਗਈਆਂ ਸਨ ਇੱਥੇ ਵੀ ਇੰਨੀ ਵੱਡੀ ਮਾਤਰਾ 'ਚ ਪਟਾਕੇ ਮਿਲਣ ਕਾਰਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅੱਗੇ ਦੀ ਕਾਰਵਾਈ ਜਾਰੀ ਹੈ ਅਤੇ ਜਿਸਦਾ ਵੀ ਨਾਮ ਸਾਹਮਣੇ ਆਵੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਬਟਾਲੇ ਇੱਕ ਪਟਾਕਾ ਦੀ ਗਡਾਊਨ 'ਚ ਹਾਦਸਾ ਹੋਇਆ ਅਤੇ ਲੁਧਿਆਣੇ ਹੋਇਆ ਆਪਣੇ ਨੇੜੇ ਦਿੜਬਾ ਮੰਡੀ 'ਚ ਹੋਇਆ ਜਿਹਦੇ 'ਚ ਵਾਹਵਾ ਮਨੁੱਖੀ ਜਾਨਾਂ ਗਈਆਂ ਕੀਮਤੀ ਜਾਨਾਂ ਗਈਆਂ ਇਹਨਾਂ ਜਿਹੜੇ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਗੌਰਮੈਂਟ ਸਮੇਂ ਸਿਰ ਹਦਾਇਤਾਂ ਜਾਰੀ ਕਰਦੀ ਰਹਿੰਦੇ ਆ ਦਿਸ਼ਾ ਨਿਰਦੇਸ਼ ਜਾਰੀ ਹੁੰਦੇ ਨੇ ਉਹਨਾਂ ਦੇ ਆਧਾਰ 'ਤੇ ਪ੍ਰਸ਼ਾਸਨ ਪਟਾਕੇ ਵੇਚਣ ਵਾਲਿਆਂ ਨੂੰ ਨਿਰਧਾਰਤ ਸਮੇਂ ਦਾ ਅਤੇ ਨਿਰਧਾਰਤ ਥਾਂ 'ਤੇ ਵੇਚਣ ਲਈ ਲਾਇਸੈਂਸ ਜਾਰੀ ਕਰਦੇ ਨੇ ਅਤੇ ਇਸੇ ਲੜੀ ਦੇ ਵਿੱਚ ਸਾਡੇ SSP ਸ਼੍ਰੀ ਸੰਦੀਪ ਗੋਇਲ ਸਾਹਿਬ ਉਹਨਾਂ ਦੀ ਨਿਗਰਾਨੀ ਹੇਠ ਬਰਨਾਲਾ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਦੀ ਜਿਹੜੀ ਸੁਰੱਖਿਆ ਦੀ ਵਚਨਬੱਧਤਾ ਨੂੰ ਅੱਗੇ ਰੱਖਦੇ ਹੋਏ ਛਾਪੇਮਾਰੀ ਕੀਤੀ ਜਾਂਦੀ ਹੈ ਇਸੇ ਲੜੀ ਦੇ ਵਿੱਚ ਕੱਲ੍ਹ ਅਸੀਂ ਲਿੰਕ ਰੋਡ ਫਰਵਾਹੀ ਦੋ ਗਡਾਊਨਾਂ 'ਤੇ ਛਾਪੇਮਾਰੀ ਕੀਤੀ ਦੋ ਗਡਾਊਨਾਂ ਵਿੱਚੋਂ ਇੱਕ ਵਿੱਚੋਂ 235 ਡੱਬੇ ਅਤੇ ਇੱਕ ਵਿੱਚੋਂ 375 ਵੱਡੇ ਬਾਕਸ ਪਟਾਕਿਆਂ ਦੇ ਬਰਾਮਦ ਹੋਏ ਨੇ ਜਿਹਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਇੱਕ ਦਾ ਨਾਮ ਹੈਗਾ ਟੀਨੂ ਜਿੰਦਲ ਪੁੱਤਰ ਤਰਸੇਮਲਾਲ ਵਾਸੀ ਬਰਨਾਲਾ ਦੂਸਰਾ ਹੈਗੇ ਨੇ ਰਕੇਸ਼ ਕੁਮਾਰ ਪੁੱਤਰ ਦਵਾਨ ਚੰਦ ਵਾਸੀ ਪੱਕਾ ਕਾਲਜ ਰੋਡ ਨੇੜੇ ਗਊਸ਼ਾਲਾ ਬਰਨਾਲਾ ਅਤੇ ਇਹਨਾਂ ਦੀ ਦੋਹਾਂ ਦੇ ਗੋਦਾਮਾਂ ਤੋਂ ਅਲੱਗ ਅਲੱਗ ਸਾਨੂੰ ਵੱਡੇ 610 ਡੱਬੇ ਪਟਾਕਿਆਂ ਦੇ ਜਿਹ 'ਚ ਅਲੱਗ ਅਲੱਗ ਤਰ੍ਹਾਂ ਦੇ ਵੱਡੇ ਛੋਟੇ ਪਟਾਕੇ ਨੇ ਉਹ ਬਰਾਮਦ ਹੋਏ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਚ ਹੋਰ ਕਿੰਨੇ ਨਾਮ ਸਾਹਮਣੇ ਆਉਂਦੇ ਨੇ ਅਤੇ ਪੁਲਿਸ ਕਦੋਂ ਜਾਂਚ ਪੂਰੀ ਕਰਦੀ ਹੈ ਪ੍ਰਸ਼ਨਯੋਗ ਗੱਲ ਇਹ ਵੀ ਹੈ ਕਿ ਇੰਨੀ ਵੱਡੀ ਮਾਤਰਾ 'ਚ ਸਟੋਰੇਜ 'ਤੇ ਪੁਲਿਸ ਨੂੰ ਹਾਲੇ ਤੱਕ ਖਬਰ ਕਿਉਂ ਨਹੀਂ ਸੀ ਅਤੇ ਪੁਲਿਸ ਅੱਗੇ ਵੀ ਹੋਰ ਗੋਦਾਮਾਂ ਜਾਂ ਦੁਕਾਨਦਾਰਾਂ 'ਤੇ ਛਾਪੇਮਾਰੀ ਕਰੇਗੀ ਜਾਂ ਫਿਰ ਨਹੀਂ PVC ਨਿਊਜ਼ ਲਈ ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ